اے اللہ ہم تیری ہی عبادت کرتے ہیں اور تجھی سے مدد مانگتے ہیں۔ آواز کی دنیا کے دوستوں السلام علیکم، میرے نمل ٹی وی سے خوش آمدید۔ میں تاڈا میزبان محمد افضل تے تسی ویکھدے پئے ہو میرا انیمل ٹی وی۔ میرا انیمل ٹی وی لائک کرو، سبسکرائب کرو، شکریہ، تے نال ہی لگے بیل آئیکن دے بٹن دباؤ تاکہ میری ہر نوی آن والی لیٹسٹ ویڈیو دوستوں میرا تک سب تو پہلے پہنچے۔ جناب میری دعا ہے میرے دوست بھی، میرے سبسکرائبر اور میرے انیمل ٹی وی نال پیار کرن والے ਜਿੱਥੇ ਵੀ ਵਸ ਰਹੇ ਨੇ ਖੁਸ਼ ਵਸ ਰਹੇ ਨੇ, ਅੱਲਾਹ ਤਾਲਾ ਦੀ ਢੇਰ ਰਹਿਮਤਾਂ ਨਾਜ਼ਲ ਹੋ ਰਹੀਆਂ ਨੇ। ਜਨਾਬ ਅੱਜ ਦੋਸਤਾਂ ਵੀਰਾਂ ਦੀ ਖਿਦਮਤ ਦੇ ਵਿੱਚ ਗਰੀਬਾਂ ਦੀ ਹੱਟੀ ਦਾ ਜਾਨਵਰ ਹੈ, ਲੇਕਿਨ ਜਨਾਬ ਜਿਹੜਾ ਇਹ ਜਾਨਵਰ ਹੈ ਅੱਜ ਦੀ ਜਿਹੜੀ ਵੀਡੀਓ ਹੈ ਦੋ ਦਿਨ ਪਹਿਲੇ ਲਗਾਈ ਸੀ ਅੱਲਾਹ ਦੇ ਫਜ਼ਲਾਂ ਜਨਾਬ ਇਹ ਸੇਲ ਹੋ ਗਈ ਹੈ। ਆਕਾਸ਼ ਸਾਹਿਬ ਨੇ ਜਨਾਬ ਚਕਵਾਲ ਤੋਂ ਉਹਨਾਂ ਦੇ ਪਸੰਦ ਆ ਗਈ ਹੈ, ਉਹਨਾਂ ਨਾਲ ਫੌਰੀ ਡੀਲ ਹੋਈ ਹੈ ਜਨਾਬ, ਅਤੇ ਫੌਰੀ ਉਹਨਾਂ ਨੇ ਪੇਮੈਂਟ ਕਰਵਾ ਦਿੱਤੀ ਹੈ। ਅਤੇ ਬਾਕੀ ਆਕਾਸ਼ ਭਾਈ ਦੇ ਅੱਲਾਹ ਤਾਲਾ ਨਸੀਬ ਕਰੇ, ਪੀਣਾ ਨਸੀਬ ਕਰੇ। ਅੱਜ ਦਾ ਜਾਨਵਰ ਗਰੀਬਾਂ ਦੀ ਹੱਟੀ ਦਾ ਜਾਨਵਰ ਹੈ, ਭਾਈ ਮੋਟੇ ਦਾ ਜਾਨਵਰ ਸੀ, ਸਾਫ਼ ਸੁਥਰਾ ਜਾਨਵਰ ਹੈ, ਸੁੱਚਾ ਅਤੇ ਖਰਾ ਜਾਨਵਰ ਹੈ, ਚਕਵਾਲ ਜਾ ਰਿਹਾ। ਅੱਲਾਹ ਤਾਲਾ ਉਹਨਾਂ ਦੇ ਨਸੀਬ ਕਰੇ, ਪੀਣਾ ਨਸੀਬ ਕਰੇ। ਬਾਕੀ ਮੋਟਾ ਜੀ ਖੁਦ ਦੱਸ ਦੇਣਗੇ ਜਾਨਵਰ ਦੀ ਤਾਰੀਫ, ਜਾਨਵਰ ਦੇ ਬਾਰੇ ਖੁਦ ਦੱਸ ਦੇਣਗੇ ਜਾਨਵਰ ਕੈਸਾ ਹੈ, ਅੱਛਾ ਹੈ। ਜਿਹੜੇ ਦੋਸਤ ਵੀਰ ਨੂੰ ਦੇ ਰਹੇ ਹਾਂ ਮੁਨਾਸਿਬ ਰੇਟ 'ਤੇ ਦੇ ਰਹੇ ਹਾਂ ਔਰ ਅੱਲਾਹ ਦੇ ਫਜ਼ਲ ਦੇ ਨਾਲ ਯਾਦ ਰੱਖੇਗਾ। ਦੱਸੋ ਜੀ ਮੋਟਾ ਜੀ ਜਾਨਵਰ ਕੈਸਾ ਹੈ? ਜਿਵੇਂ ਗੱਲ ਹੈ ਜੀ, ਮਾਸ਼ਾਅੱਲਾ ਦੂਜਨ ਵੈੜੀ ਸਾਫ਼ ਸੁਥਰੀ ਜੀ, ਦੁੱਧ ਦੁੱਧ ਚੰਗਾ ਹੈ, ਪਿੱਛੇ ਵੱਛੀ ਪਿੱਛੇ ਚੁੱਲ ਸਤਾਨੀ ਕਰਾਸ 3 ਤੋਂ 4 ਦਿਨ ਦੀ ਸੂਈ ਹੋਈ ਹੈ, ਮਾਸ਼ਾਅੱਲਾ। ਤੇ ਬੜਾ ਹੀ ਮਕੂਲ ਰੇਟ ਦੇ ਵਿੱਚ ਦੇਣ ਲੱਗੇ ਹਾਂ। ਆਕਾਸ਼ ਭਾਈ ਸਮਝਣ, ਆਕਾਸ਼ ਭਾਈ ਨੂੰ ਤੋਹਫ਼ਾ ਹੀ ਦੇਣ ਲੱਗੇ ਹਾਂ ਅਤੇ ਚਕਵਾਲ ਭੇਜਾਂਗੇ। ਬਾਕੀ ਮੇਰਾ ਐਨੀਮਲ ਟੀਵੀ ਦੇ ਨਾਲ ਅੱਲਾਹ ਦੇ ਫਜ਼ਲ ਨਾਲ ਦੋਸਤ ਵੀਰ ਜਾਨਵਰਾਂ ਦਾ ਲੈਣ ਦੇਣ, ਪੈਸੇ ਦਾ ਲੈਣ ਦੇਣ ਬਿਨਾਂ ਖੌਫ ਬਿਨਾਂ ਝਿਜਕ ਕਰ ਸਕਦੇ ਨੇ, ਕਿਉਂ ਜੀ? ਹਾਂਜੀ ਬਿਲਕੁਲ, ਅਤਮਾਦ ਵਾਲਾ ਚੈਨਲ ਹੈ, ਗਰੰਟੀ ਵਾਲਾ ਚੈਨਲ ਹੈ, ਭਰੋਸੇ ਵਾਲਾ ਚੈਨਲ ਹੈ। ਬਾਕੀ ਜਾਨਵਰ ਦੀ ਲੋਡਿੰਗ ਦੀ ਵੀਡੀਓ ਦੋਸਤਾਂ ਵੀਰਾਂ ਨਾਲ ਸ਼ੇਅਰ ਕਰਨ ਦਾ ਮਕਸਦ ਹੁੰਦਾ ਹੈ ਕਿ ਦੋਸਤਾਂ ਵੀਰਾਂ ਨੂੰ ਪਤਾ ਚੱਲੇ ਮੇਰਾ ਐਨੀਮਲ ਟੀਵੀ ਔਰ ਤੁਹਾਡਾ ਵੀਰ ਮੁਹੰਮਦ ਅਫਜ਼ਲ ਕੰਮ ਕਰਦਾ ਸੁੱਚਾ ਅਤੇ ਖਰਾ। ਬਾਕੀ ਅੱਜ ਵੀ ਇਸ ਵੈੜੀ ਦੇ ਫੋਨ ਆਉਂਦੇ ਸੀ ਅਤੇ ਦੋਸਤਾਂ ਨੂੰ ਵੀਡੀਓ ਚੈਨਲ 'ਤੇ ਲੱਗੇਗੀ, ਦੋਸਤ ਵੀਰ ਵੇਖਣਗੇ ਅਤੇ ਆਪੇ ਸਮਝ ਜਾਣਗੇ ਜਨਾਬ ਕਿ ਗਾਏ ਸੇਲ ਹੋ ਗਈ। ਹੁਣ ਲੋਡ ਕਰਾਂਗੇ ਗਾਏ ਅੱਜ ਦੀ ਅਤੇ ਦੋਸਤਾਂ ਨੂੰ ਦਿਖਾਉਂਦੇ ਹਾਂ ਅੱਜ ਦੇ ਜਾਨਵਰ, ਅੱਜ ਦੀ ਜਿਹੜੀ ਗਾਏ ਦਿਖਾਓ ਜੀ। ਮਾਸ਼ਾਅੱਲਾ ਇਹ ਜਨਾਬ ਗਾਏ ਸੀ ਦੋਸਤਾਂ ਵੀਰਾਂ ਦੇ ਆ ਗਈ ਸਾਹਮਣੇ, ਮਾਸ਼ਾਅੱਲਾ ਦੋਸਤਾਂ ਵੀਰਾਂ ਦੀ ਨਜ਼ਰ ਦੇ ਵਿੱਚ ਆਈਏ ਅਤੇ ਦੋਸਤਾਂ ਵੀਰਾਂ ਨੂੰ ਪਤਾ ਚੱਲ ਜਾਏਗਾ, ਲੱਗ ਗਿਆ ਹੋਣਾ ਪਤਾ। ਜਿੰਨੇ ਵੀ ਦੋਸਤਾਂ ਨੇ ਇਹ ਗਾਏ ਮੰਗੀ ਸੀ ਜਾਂ ਵੇਖੀ ਸੀ, ਅੱਜ ਦੋਸਤਾਂ ਵੀਰਾਂ ਨੂੰ ਪਤਾ ਚੱਲ ਜਾਏਗਾ ਕਿ ਸੇਲ ਹੋ ਗਈ ਹੈ, ਅੱਜ ਲੋਡ ਕਰਨ ਲੱਗੇ ਹਾਂ। ਮਾਸ਼ਾਅੱਲਾ ਗਰੀਬਾਂ ਦੀ ਹੱਟੀ ਦਾ ਜਾਨਵਰ ਸੀ, ਗਰੀਬਾਂ ਦੀ ਹੱਟੀ ਦਾ ਜਾਨਵਰ ਅੱਲਾਹ ਦੇ ਫਜ਼ਲ ਨਾਲ ਕਦੇ ਰੁਕਿਆ ਨਹੀਂ, ਕਦੇ ਟਿਕਿਆ ਨਹੀਂ, ਉਹੀ ਰੀਤ ਰੁਟੀਨ ਅੱਲਾਹ ਦੇ ਫਜ਼ਲ ਨਾਲ ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਜਨਾਬ ਜਾਰੀ ਹੈ। ਪਿੱਛੇ ਵੱਛੀ ਖੋਲੋ ਜੀ, ਪਿੱਛੇ ਵੱਛੀ ਗਾਏ ਖੁਦ ਵੀ ਵੱਛੀ, ਮਾਸ਼ਾਅੱਲਾ ਚੋਲਸਤਾਨੀ ਕਰਾਸ ਪਿੱਛੇ ਵੱਛੀ, ਮਾਸ਼ਾਅੱਲਾ ਬੜੀ ਅਸੀਲ ਸ਼ਰਾਬ ਘਰ 'ਚ ਰੱਖਣ ਵਾਲੀ। ਲੈ ਚਲੋ ਜੀ ਮਾਸ਼ਾਅੱਲਾ, ਲਓ ਜੀ ਆਕਾਸ਼ ਸਾਹਿਬ ਜਨਾਬ ਅੱਲਾਹ ਤਾਲਾ ਤੁਹਾਡੇ ਨਸੀਬ ਕਰੇ, ਪੀਣਾ ਨਸੀਬ ਕਰੇ। ਇਹ ਤੋਹਫ਼ਾ ਜਨਾਬ ਤੁਹਾਡੇ ਵਾਸਤੇ ਆ ਰਿਹਾ, ਤੁਹਾਡੇ ਘਰ ਆ ਰਿਹਾ ਜਨਾਬ। ਚਲੋ ਜੀ ਪਹਿਲੇ ਲੋਡ ਕਰੋ, ਟਰੈਕਟਰ ਰੁਕ ਗਿਆ, ਮੱਛੀ ਚੱਕ ਲਓ। ਵੱਛੀ ਦਾ ਵਸਾ ਨਹੀਂ ਕਰਦੀ, ਵੱਛੀ ਦੇ ਪਿੱਛੇ ਪਿੱਛੇ ਜਾਵੇਗੀ।
ਮੱਛੀ ਲੈ ਚਲੋ ਅੱਗੇ ਮਾਸ਼ਾਅੱਲਾ ਗਾਇਕ ਖੁਦ ਹੀ ਲੋਡ ਹੋ ਗਈ ਹੈ ਮੱਛੀ ਵੀ ਲੋਡ ਹੋ ਗਈ ਹੈ ਆਕਾਸ਼ ਸਾਹਿਬ ਅੱਲਾਹ ਤਾਲਾ ਤੁਹਾਡੇ ਨਸੀਬ ਕਰੇ ਪੀਣਾ ਨਸੀਬ ਕਰੇ ਡਾਲਾ ਨੰਬਰ ਦਿਖਾ ਦਿੰਦੇ ਹਾਂ ਇਹ ਜਨਾਬ ਡਾਲਾ ਨੰਬਰ ਹੈ SAD 9779 ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਨਾਬ ਫਿਰ ਮਿਲਾਂਗੇ ਇੱਕ ਅੱਛੀ ਵੀਡੀਓ ਅੱਛੀ ਗਾਇਦ ਨਾਲ ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ ਪਾਕਿਸਤਾਨ ਜ਼ਿੰਦਾਬਾਦ